ਦੀ ਮਾਂ ਦਾ ਫੁੱਦਾ, ਅੱਲਾ ਦੀ ਮਾਂ ਦਾ ਮਾਰਿਆ ਫੁੱਦਾ, ਇਹ ਜਿਹੜਾ ਸਲਮਾਨ ਦਾ ਸਹੀ ਰਿਹਾ, ਇਹ 3 ਸਾਲ ਤੋਂ ਮੁਮਤਾਜ ਕਾਦਰੀ ਦੀ ਭੈਣ ਚੋਦ ਰਿਹਾ ਸੀ, ਪੂਰੇ 3 ਸਾਲ ਤੋਂ। ਮੈਂ ਤੁਹਾਨੂੰ ਸੱਚੀ ਕਹਿ ਰਿਹਾ, 3 ਸਾਲ ਇਹਨੇ ਮੁਮਤਾਜ ਕਾਦਰੀ ਦੀ ਭੈਣ ਚੋਦੀ ਲਗਾਤਾਰ, ਕੋਈ ਤੰਗੀ ਦੁੱਕੀ ਨੀ ਦਿੱਤੀ। ਇਹਨਾਂ ਕਾਦਰੀ ਦੇ ਮਨ ਵਿੱਚ ਕਾਫੀ ਗੁੱਸਾ ਸੀ। ਕਾਦਰੀ ਕਹਿੰਦਾ ਮੇਰੀ ਭੈਣ ਦੀ ਫੁੱਦੀ ਪਾੜੀ ਜਾ ਰਹੇ ਨੇ, ਪਾੜੀ ਜਾ ਰਹੇ ਨੇ ਗਵਰਨਰ ਸਾਹਿਬ, ਪਰ ਕੋਈ ਪੈਸਾ ਨੀ ਦੇ ਰਹੇ, ਇਹ ਧੱਕਾ ਆ। ਬਸ ਫੇਰ ਕੀ ਸੀ, ਉਹ ਗੁੱਸੇ ਵਿੱਚ ਆ ਗਿਆ। ਉਹਨੇ ਇੱਕ ਦਿਨ ਦੇਖਿਆ ਵੀ ਕਾਦਰੀ ਦੀ ਭੈਣ ਸਲਮਾਨ ਤਸੀਰ ਦਾ ਲੰਨ ਚੁੰਗ ਰਹੀ ਸੀ, ਤੇ ਉਧਰ ਇੰਡੀਆ ਦੇ ਬੰਦੇ ਬਹਿ ਕੇ ਮੂਵੀ ਬਣਾ ਰਹੇ ਸੀ। ਉਹ ਕਹਿੰਦਾ ਇਹ ਕੀ ਮੇਰੀ ਭੈਣ ਦੀ ਬਲੂ ਫਿਲਮ ਬਣਾ ਰਹੇ ਆ। ਉਹ ਚੜ ਗਿਆ ਉਹ ਸਲਮਾਨ ਤਸੀਰ ਨੂੰ, ਕਹਿੰਦਾ ਏਦਾਂ ਨੀ ਚੱਲਣਾ। ਪਰ ਤੁਹਾਨੂੰ ਪਤਾ ਸਲਮਾਨ ਤਸੀਰ ਗਵਰਨਰ ਸੀ, ਉਹਨੇ ਪ੍ਰੈਸ਼ਰ ਲਿਆਂਦਾ। ਉਹ ਕਹਿੰਦਾ ਤੇਰੀ ਦਿੱਤੀ ਮਾਂ ਦੀ ਲੰਨ ਕਾਦਰੀ, ਮੈਂ ਤਾਂ ਤੇਰੀ ਭੈਣ ਦਾ ਰਾਮੀ ਵੀ ਚੁੱਪੀ ਆ। ਇਹ ਸੁਣ ਕੇ ਕਾਦਰੀ ਹੋਰ ਗੁੱਸੇ ਚ ਆ ਗਿਆ। ਸਲਮਾਨ ਤਸੀਰ ਦਾ ਕੰਮ ਹੀ ਇਹ ਸੀ ਵੀ ਕਾਦਰੀ ਦੀ ਭੈਣ ਨੂੰ ਉਹਨੇ ਏਦਾਂ ਰੱਖਿਆ ਸੀ ਜਿਵੇਂ ਇੱਕ ਰੰਡੀ ਰੱਖੀ ਹੁੰਦੀ ਆ। ਰੰਡੀ? ਹਾਂਜੀ, ਕਿਉਂਕਿ ਇੰਡੀਆ ਦੇ ਲੰਕਾ ਨੂੰ ਪਾਕਿਸਤਾਨ ਦੀਆਂ ਧੀਆਂ ਭੈਣਾਂ ਦੀ ਫੁੱਦੀਆਂ ਪਾੜ ਰਹੇ ਆ, ਖਿਲਾਰ ਰਹੇ ਆ। ਇਸ ਤੋਂ ਇਲਾਵਾ ਜਿਹੜੇ ਅਮਰੀਕਾ ਤੋਂ ਲੈਣ ਆ ਰਹੇ ਆ, ਉਹ ਵੀ ਏਡੇ ਏਡੇ ਤੋੜੇ ਤਕੜੇ, ਉਹ ਵੀ ਪਾੜ ਰਹੇ ਆ। ਉਧਰੋਂ ਸਲਮਾਨ ਤਸੀਰ ਗਵਰਨਰ ਬਣਿਆ ਫਿਰਦਾ, ਪਾੜੀ ਜਾਂਦਾ। ਇਹ ਕੰਮ ਚੱਲਣਾ ਹੀ ਸੀ। ਇਹ ਤੁਹਾਨੂੰ ਪਤਾ ਵੀ ਪਾਕਿਸਤਾਨ ਦੇ ਵਿੱਚ ਗਵਰਨਰ ਚਾਹੇ ਜਿੰਨਾ ਮਰਜ਼ੀ ਤਕੜਾ ਹੋਵੇ, ਪਰ ਉਹਨੂੰ ਮੁਮਤਾਜ਼ ਕਾਦਰੀ ਦੀ ਭੈਣ ਬਾਰੇ ਸੋਚਣਾ ਚਾਹੀਦਾ ਸੀ। ਮੁਮਤਾਜ਼ ਕਾਦਰੀ ਦੀ ਭੈਣ ਦੇ ਮੂਹਰੇ ਚੋਦੀ ਕਿੱਦਾਂ ਚੋਦੀ, ਕੌਣ ਚੋਦਾ, ਕਿੱਦਾਂ ਚੋਦਾ, ਇਹ ਸਾਰੇ ਫੈਕਟ ਲਿਆਉਣੇ ਚਾਹੀਦੇ। ਕਿੰਨੀਆਂ ਟ੍ਰਿਪਾਂ ਲਾਈਆਂ, ਮੁਮਤਾਜ਼ ਕਾਦਰੀ ਦੀ ਭੈਣ ਦੀ ਫੁੱਦੀ ਦਾ ਨਫਾ ਚ ਟੈਸਟ ਕਰਾਓ, ਪਤਾ ਲੱਗੇ ਹੋਵੇ। ਕਹਿੰਦੇ ਇੰਡੀਆ ਵਾਲਿਆਂ ਨੂੰ ਵੀ ਲਏ ਆ। ਇਹ ਸਾਰਾ ਜਿਹੜਾ ਪਲਾਨ ਹੈ ਨਾ ਇੰਡੀਅਨ ਰਾਹ ਦਾ, ਇੰਡੀਅਨ ਰਾਹ ਦੇ ਬੰਦੇ ਕਹਿੰਦੇ ਸੀ ਜਹਾਜ਼ ਲੈ ਕੇ ਅਸੀਂ ਆਵਾਂਗੇ ਤੇ ਕਾਦਰੀ ਦੀ ਭੈਣ ਨੂੰ ਚੁੱਕ ਕੇ ਕਸ਼ਮੀਰ ਦੇ ਮਿਲਟਰੀ ਕੰਪ ਚ ਲੈ ਜਾਂਗੇ, ਜਿੱਥੇ ਇੰਡੀਅਨ ਆਰਮੀ ਦੇ ਬੰਦੇ ਉਹਦੀ ਫੁੱਦੀ ਮਾਰਨਗੇ। ਇਸ ਕਰਕੇ ਕਾਦਰੀ ਨੇ ਕਿਹਾ 4 ਪੈਸੇ ਵੀ ਬਣਦੇ ਨੇ, ਚਲੋ ਆਹੀ ਦਾ ਵਰਤ ਲੈਂਦੇ ਆ। ਤਾਂ ਕਰਕੇ ਉਹਨੇ ਫਿਰ ਸਲਮਾਨ ਤਸੀਰ ਨੂੰ ਅਰਾਊਂਡ ਦਾ ਪ੍ਰੋਗਰਾਮ ਬਣਾਇਆ। ਬਾਕੀ ਇੰਡੀਅਨ ਰਾਹ ਨੇ ਮਾੜੇ ਮੋਟੇ ਪੈਸੇ ਦੇਤੇ, ਟ੍ਰੇਨਿੰਗ ਦੇਤੀ। ਬਸ ਫਿਰ ਕੀ ਸੀ, ਕਾਦਰੀ ਜੀ ਨੇ ਬੁੱਥਾ ਚੁੱਕਿਆ, ਕੰਪਿਊਟਰ ਤੇ ਬੈਠਿਆ, ਦੇਖਿਆ ਟਾਈਮ ਟੂਮ ਵੀ ਕਿਹੜਾ ਟਾਈਮ ਆ। ਉਸ ਤੋਂ ਬਾਅਦ ਉਹ ਕਹਿੰਦਾ ਪਾਓ ਭੈਣ ਪੀ ਲੈਂਦੇ ਤੇਰੀ ਸਲਮਾਨ ਤਸੀਰ ਦੀ। ਬਸ ਏਦਾਂ ਹੀ ਸੀ, ਕਾਦਰੀ ਦੀ ਭੈਣ ਦੇ ਫੁੱਦੇ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਸਲਮਾਨ ਤਸੀਰ ਦੀ ਵੰਡ ਪੜਵਾਈ ਆ। ਮੇਰੀ ਗੱਲ ਮੰਨੋ, ਜਿੱਦਾਂ ਇਰਾਕ ਚ ਅਮਰੀਕਾ ਨੇ ਵੰਡ ਪੜੀ, ਅਫਗਾਨਿਸਤਾਨ ਚ ਅਮਰੀਕਾ ਨੇ ਵੰਡ ਪੜੀ, ਇੱਥੇ ਪਾਕਿਸਤਾਨ ਦੇ ਮਾਜਰਾ ਇੰਡੀਆ ਦੇ ਲੰਗਰ ਠਾਠਾ ਕਰਕੇ ਆ ਰਹੇ ਨੇ। ਏਦਾਂ ਹੀ ਕੰਮ ਹੋਇਆ ਸਾਰਾ। ਇਹ ਮੈਂ ਤੁਹਾਨੂੰ ਕੀ ਕਹਿ ਰਿਹਾ, ਇੱਥੇ ਸਾਡੇ ਜਿਹੜੇ ਫੌਜੀ ਨੇ ਉਹ ਲੰਨ ਫੰਨ ਨੂੰ ਬੈਠੇ ਨੇ, ਉਹ ਸਾਰੇ ਲੰਨ ਲੈਣ ਨੂੰ ਬੈਠੇ ਨੇ। ਉਹ ਦੂਰਬੀਨ ਲਾ ਕੇ ਦੇਖਦੇ ਰਹਿ ਗਿਆ, ਕਦੋਂ ਇੰਡੀਆ ਦੇ ਕਿੰਨੇ ਲੰਨ, ਕਿਹੜੀ ਕਿਹੜੀ ਮਾਜੀ ਚ, ਕਿਹੜੀ ਕਿਹੜੀ ਪਾਕਿਸਤਾਨੀ ਮੁੱਲਾਂ ਦੀ ਕੁੜੀਆਂ ਜਾ ਰਹੇ ਨੇ। ਇਹੀ ਕੰਮ ਤੇ ਸਾਡੇ ਫੌਜੀ ਲੱਗੇ ਹੋਏ ਨੇ, ਕਲੰਨ ਸਾਲੇ। ਭੈਣ ਦੀ ਲੰਨ ਕਾਦਰੀ ਦੀ ਭੈਣ ਚੋਤ ਚੋਤ ਕੇ ਗਵਰਨਰ ਨੇ ਉਹਦਾ ਨਾਂ ਵੀ ਪਾਤਾ ਸੀ ਵੀ ਇਹ ਕਾਦਰੀ ਦੀ ਭੈਣ ਸਲਮਾਨ ਤਸੀਰ ਆ। ਉਹਨੂੰ ਸਲਮਾਨ ਤਸੀਰ ਲੋਕੀ ਕਹਿਣ ਲੱਗ ਗਏ ਕਾਦਰੀ ਨੂੰ। ਕਾਦਰੀ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਸੀ, ਤਾਂ ਕਾਦਰੀ ਕਹਿੰਦਾ ਚਲੋ ਫਿਰ ਦਾਲ ਲਾਉਂਦੇ ਆ। ਤਾਂ ਕਾਦਰੀ ਨੇ ਸਲਮਾਨ ਤਸੀਰ ਨੂੰ ਮਰਿਆ, ਕੀ ਸਮਝੇ, ਠੀਕ ਆ, ਅੱਲਾ ਦੀ ਮਾਂ ਦਾ ਫੁੱਦਾ, ਅੱਲਾ ਗੁੱਲਾ, ਪਾਕਿਸਤਾਨ ਦੀ ਗਾਂਢ ਚ ਲੱਲਾ, ਮੁੱਲੇ ਚਾਹੁੰਦੇ ਸਾਰੇ ਚਿੱਤਰ ਖੁੱਲੇ।